ਬੱਚਿਆਂ ਦੀਆਂ ਖੇਡਾਂ ਵਿੱਚ ਫਰੋਗ ਜੰਪ ਭਾਵ ਡੱਡੂ ਦੀ ਛਾਲ ਬਹੁਤ ਮਸ਼ਹੂਰ ਹੈ। ਇੱਕ 20 ਸੈਂਟੀਮੀਟਰ ਲੰਬਾ ਅਤੇ 10 ਸੈਂਟੀਮੀਟਰ ਚੌੜਾ ਕਾਗਜ਼ ਲੈ ਕੇ ਦੋ ਬਰਾਬਰ ਦੇ ਸਕੁਐਰ ਬਣਾ ਲਓ। ਦੋਨੋਂ ਸਕੁਐਰ 'ਤੇ ਇੱਕੋ ਦਿਸ਼ਾ ਵਿੱਚ ਡਾਇਗਨਲ ਤਿਰਛੀਆਂ ਫੋਲਡ ਕਰੋ। ਹੁਣ ਪੇਪਰ ਨੂੰ ਉਲਟਾ ਕਰੋ ਅਤੇ ਦੋ ਛੋਟੇ ਦਰਵਾਜ਼ੇ ਬੰਦ ਕਰ ਦਿਓ। ਛੋਟੇ ਐਜਿਸ ਭਾਵ ਕੋਨਿਆਂ ਨੂੰ ਵਿਚਕਾਰਲੀ ਲਾਈਨ ਤੱਕ ਲੈ ਆਓ। ਇੱਕ ਅਲਮਾਰੀ ਦੇ ਦਰਵਾਜ਼ੇ ਵਾਂਗ ਲੱਗੇਗਾ। ਹੁਣ ਫਿਰ ਕਾਗਜ਼ ਨੂੰ ਉਲਟਾ ਕਰੋ ਅਤੇ ਵੱਡੇ ਟ੍ਰਾਇੰਗਲ ਨੂੰ ਫੋਲਡ ਕਰੋ ਇਸ ਤਰ੍ਹਾਂ ਤਾਂ ਜੋ ਚਾਰ ਛੋਟੇ ਛੋਟੇ ਟ੍ਰਾਇੰਗਲ ਬਣ ਜਾਣ। ਰਾਈਟ ਐਂਗਲ ਟ੍ਰਾਇੰਗਲ ਹਨ। ਇਸ ਨੂੰ ਬਾਇਸੈਕਟ ਕਰਕੇ ਤੁਸੀਂ ਅਗਲੀ ਅਤੇ ਪਿਛਲੀਆਂ ਲੱਤਾਂ ਬਣਾ ਲਵੋ। ਹੁਣ ਡੱਡੂ ਨੂੰ ਉਲਟਾ ਕਰਕੇ ਉਸ ਦੀ ਮਿਡ ਲਾਈਨ 'ਤੇ ਇਸ ਤਰ੍ਹਾਂ ਫੋਲਡ ਕਰੋ ਤਾਂ ਕਿ ਉਹ ਬੈਕਬੋਨ ਬਣ ਜਾਏ। ਦੋ ਟ੍ਰਾਇੰਗਲ ਹੋਰ ਬਣਾਓ ਡੱਡੂ ਦਾ ਸਿਰ ਬਣਾਉਣ ਲਈ। ਨੀਚਲੇ ਟ੍ਰਾਇੰਗਲ ਬੇਸ ਟ੍ਰਾਇੰਗਲ 'ਤੇ ਤੁਸੀਂ ਦੋ ਜੇਬ ਪੋਕਿਟ ਬਣੀਆਂ ਦੇਖ ਸਕਦੇ ਹੋ। ਫਲੈਪ ਨੂੰ ਪੋਕਿਟ ਵਿੱਚ ਫਸਾ ਦਿਓ। ਡੱਡੂ ਨੂੰ ਉਛਾਲਣ ਲਈ ਜ਼ੈੱਡ ਆਕਾਰ ਦੇ ਸਪ੍ਰਿੰਗ ਨੂੰ ਫੋਲਡ ਕਰੋ। ਡੱਡੂ ਨੂੰ ਅਸਲੀ ਦਿਖਾਉਣ ਲਈ ਇਸ ਦੀਆਂ ਦੋ ਅੱਖਾਂ ਚਿਪਕਾਓ। ਸਾਈਡ 'ਤੇ ਦੇਖੋਗੇ ਤਾਂ ਤੁਹਾਨੂੰ ਸਪ੍ਰਿੰਗ ਆਪਣੇ ਆਪ ਦਿਖੇਗਾ। ਸਪ੍ਰਿੰਗ ਨੂੰ ਦਬਾਉਂਦੇ ਹਾਂ ਤਾਂ ਡੱਡੂ ਛਲਾਂਗ ਮਾਰੇਗਾ। ਇੱਕ ਛੋਟਾ ਪਲਾਸਟਿਕ ਦਾ ਕੱਪ ਲਵੋ ਅਤੇ ਡੱਡੂ ਨੂੰ ਇਸ 'ਤੇ ਨਿਸ਼ਾਨਾ ਬਣਾਓ ਤਾਂ ਕਿ ਡੱਡੂ ਇਸ ਕੱਪ ਵਿੱਚ ਡਿੱਗੇ ਛਲਾਂਗ ਤੋਂ ਬਾਅਦ। ਇਹ ਗੇਮ ਆਪਣੇ ਦੋਸਤਾਂ ਦੇ ਨਾਲ ਖੇਡੋ ਅਤੇ ਆਨੰਦ ਮਾਣੋ।